ਬਹੁਤ ਵਾਰ ਅਸੀਂ ਲਗਾਤਾਰ ਦੇਖਦੇ ਹਾਂ ਜਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਨਾ ਉਦੋਂ ਤੇ ਮੈਂ ਕਹਿੰਦਾ 2.5 ਜਾਂ 2.5 ਲੱਖ ਰਾਸ਼ਨ ਕਾਰਡਾਂ ਤੇ ਸਿੱਧੀ ਲਕੀਰ ਮਾਰ ਦਿੱਤੀ ਗਈ ਸੀ ਉਸਦੇ ਕਾਰਨ ਪੇਸ਼ੈਂਟ ਤੋਂ ਹੁੰਦੇ ਨਾ ਬੜੇ ਜ਼ਿਆਦਾ ਪਰੇਸ਼ਾਨ ਹੁੰਦੇ ਆ ਉਹਨਾਂ ਵੀਰ ਅਮਰਜੀਤ ਮਿਲਿਆ ਆਪਾਂ ਜਿਹੜਾ ਇੱਥੇ ਲੰਗਰ ਚੱਲਦੇ ਉਸ ਤੋਂ ਇਲਾਵਾ ਪੇਸ਼ੈਂਟ ਦੀ ਦਵਾਈਆਂ ਦੇ ਆਪਰੇਸ਼ਨ ਲਗਾਤਾਰ ਸਪੌਂਸਰ ਸੰਗਤ ਵੱਲੋਂ ਕੀਤੇ ਜਾਂਦੇ ਨੇ ਹੁਣ ਅਮਰਜੀਤ ਸਿੰਘ ਦਿਹਾੜੀਦਾਰ ਬੰਦਾ ਹੈ ਨਾ ਇਹ ਆਪਣਾ ਦਿਹਾੜੀ ਤੇ ਜਾਵੇ 3-4 ਬੱਚੇ ਨੇ ਤੇ ਬੱਚੀ ਦਾ ਇਲਾਜ ਹੋਇਆ ਗਿਆ ਹੁਣ ਵੀਰ ਦੇ ਟੈਸਟ ਵੀ ਹੁੰਦੇ ਆ ਟੈਸਟਾਂ ਦੇ ਵਿੱਚ ਤਾਂ ਨਹੀਂ ਸਹਿਯੋਗ ਕਰ ਪਾਉਂਦੇ ਬਹੁਤ ਸਾਰੇ ਪੇਸ਼ੈਂਟ ਲਗਾਤਾਰ ਅਪਰੋਚ ਕਰਦੇ ਆ PGI ਦੇ ਵਿੱਚ ਸਾਡੀ 2 ਸੇਵਾਵਾਂ ਹੁੰਦੀਆਂ ਹਮੇਸ਼ਾ ਆਪਰੇਸ਼ਨ ਦਾ ਸਮਾਨ ਤੇ ਦਵਾਈਆਂ 95% ਖਰਚਾ ਇਸੇ ਚੀਜ਼ ਦਾ ਹੁੰਦਾ ਸੋ ਅਮਰਜੀਤ ਦੀ ਵੀ ਦਵਾਈਆਂ ਔਰ ਜਲਦੀ ਬੱਚੀ ਦਾ ਆਪਰੇਸ਼ਨ ਹੋਏਗਾ ਉਹ ਸਾਡੇ ਵੱਲੋਂ ਹੋ ਰਹੇਗਾ ਠੀਕ ਹੈ ਤੇ ਦਵਾਈਆਂ ਦੀ ਸੇਵਾ ਇਹਦੇ ਬੱਚੇ ਦੀ ਸ਼ੁਰੂ ਕਰਨ ਲੱਗੇ ਜਿੰਨੇ ਦੇ ਵੀ ਆਣਗੇ ਸੰਗਤ ਵੱਲੋਂ ਰਹੇਗੀ ਬੜੇ ਬੜੀ ਪਰੇਸ਼ਾਨੀ ਦਾ ਸਬਬ ਬਣਿਆ ਹੁੰਦਾ ਉਹਦੇ ਕਾਰਨ ਫਿਰ ਪੂਅਰ ਫ੍ਰੀ ਨਹੀਂ ਹੋ ਪਾਉਂਦਾ ਨਹੀਂ ਤਾਂ ਇਹਦੇ ਟੈਸਟ ਵੀ ਫ੍ਰੀ ਹੋ ਜਾਣੇ ਸੀਗੇ ਔਰ ਰਾਸ਼ਨ ਕਾਰਡ ਨਹੀਂ ਬਣਿਆ ਹੋਇਆ ਤਾਂ ਆਯੁਸ਼ਮਾਨ ਸਕੀਮ ਦੇ ਅੰਦਰ ਵੀ ਨਹੀਂ ਆਉਂਦਾ ਇਹਦੀ ਛੋਟੀ ਬੱਚੀ ਹੈ ਨਾ ਕੰਮ ਕਿਆ ਕਰਦੇ ਸੀ ਬਹੁਤ ਸਾਰੇ ਅਮਰਜੀਤ ਸਿੰਘ ਇਸ ਤਰ੍ਹਾਂ ਦੇ ਬਹੁਤ ਪਰੇਸ਼ਾਨ ਹੋ ਕੇ ਘੁੰਮਦੇ ਲਗਾਤਾਰ ਮਿਲਦੇ ਨੇ ਆਸ਼ੂ ਮੰਤਰੀ ਹੁੰਦੇ ਸੀਗੇ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਉਦੋਂ ਦੇ ਇਹ ਕਾਟਾ ਵੱਜਿਆ ਹੋਇਆ ਔਰ ਲਗਾਤਾਰ ਪੇਸ਼ੈਂਟ ਜਿਹੜੇ ਖੱਜਲ ਖਵਾਰ ਹੁੰਦੇ ਨਾ ਉਹ ਤਾਂ ਅਸੀਂ ਦੇਖਦੇ ਹਾਂ ਇਸ ਤੋਂ ਇਲਾਵਾ ਜਦ ਘਰ ਬਣਾਏ ਜਾਂਦੇ ਆ ਨਾ ਘਰਾਂ ਦੀ ਸੇਵਾ ਚੱਲਦੀ ਉਹ ਸਾਰੀ ਦੀ ਉਹਦੇ ਵਿੱਚ ਵੀ ਅਸੀਂ ਦੇਖਦੇ ਕਿਸੇ ਸਕੀਮ 'ਚ ਨਹੀਂ ਆਉਂਦੇ ਬੜੀ ਪਰੇਸ਼ਾਨੀ ਵਾਲੇ ਸਬਬ ਬਣਦੇ ਆ ਬਟ ਜੋ ਕੰਮ ਸਰਕਾਰਾਂ ਨਹੀਂ ਕਰ ਪਾਉਂਦੀ ਉਹ ਗੁਰੂ ਦੀ ਸੰਗਤ ਕਰ ਦਿੰਦੀ ਆ ਬਹੁਤ ਬਹੁਤ ਧੰਨਵਾਦ ਆ ਤੁਸੀਂ ਲਗਾਤਾਰ ਆਪਣੇ ਐਂਡ ਤੋਂ ਸਪੋਰਟ ਕਰਦੇ ਹੋ